ਮਾਰਕੀਟ 'ਚ ਲਾਂਚ ਹੋਇਆ ਇਹ ਆਧੁਨਿਕ ਸਮਾਰਟਫੋਨ ਕਦੇ ਫੋਨ ਤੇ ਕਦੇ ਬਣ ਜਾਵੇਗਾ ਤੁਹਾਡੀ ਘੜੀ। ਗੁੱਟ ਤੇ ਰਿਸਟ ਬੈਂਡ ਦੇ ਨਾਲ ਆਸਾਨੀ ਨਾਲ ਹੋ ਜਾਵੇਗਾ ਫਿੱਟ। ਤਕਨੀਕ 'ਚ ਵੱਡੇ ਵੱਡੇ ਫੋਨਾਂ ਨੂੰ ਕਰਤਾ ਇਸ ਫੋਨ ਨੇ ਪਿੱਛੇ। ਤਾਂ ਲੇਟੈਸਟ ਫੋਲਡੇਬਲ ਫੋਨ ਤਾਂ ਤੁਸੀਂ ਬਹੁਤ ਵੇਖੇ ਹੋਣਗੇ, ਸੈਮਸੰਗ ਦੇ ਵੇਖੇ ਹੋਣਗੇ ਅਤੇ ਹੋਰ ਕੰਪਨੀਆਂ ਦੇ ਵੇਖੇ ਹੋਣਗੇ, ਪਰ ਮੋਟਰੋਲਾ ਦੇ ਵੱਲੋਂ ਇਹ ਨਵਾਂ ਫੋਨ ਲਾਂਚ ਕੀਤਾ ਗਿਆ ਹੈ ਜਿਹੜਾ 360 ਡਿਗਰੀ ਤੱਕ ਫੋਲਡ ਹੋ ਸਕਦਾ ਹੈ ਅਤੇ ਤੁਸੀਂ ਇਸ ਨੂੰ ਆਪਣੀ ਘੜੀ ਦੇ ਵਾਂਗ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਇਸ ਨੂੰ ਆਪਣੀ ਮੋਟਰਸਾਈਕਲ ਦੇ ਹੈਂਡਲ ਤੇ ਵੀ ਫੋਲਡ ਕਰਕੇ ਲਟਕਾ ਸਕਦੇ ਹੋ ਤੇ ਇਸ ਦੀ ਨਾ ਟੁੱਟਣ ਵਾਲੀ ਸਕਰੀਨ ਬੜੀ ਆਧੁਨਿਕ ਹੈ। ਦੱਸ ਦਈਏ ਕਿ ਇਸ ਦਾ ਉਦਘਾਟਨ MWC 2024 ਦੇ ਵਿੱਚ ਕੀਤਾ ਗਿਆ, ਜਿੱਥੇ ਵੱਡੀ ਵੱਡੀ ਕੰਪਨੀਆਂ ਨੇ ਆਪਣੇ ਅਵਿਸ਼ਕਾਰ ਲਿਆਂਦੇ, ਤਾਂ ਉੱਥੇ ਮੋਟਰੋਲਾ ਵੀ ਆਪਣਾ ਇਹ ਫੋਲਡੇਬਲ ਫੋਨ ਲੈ ਕੇ ਆਈ, ਜਿਹੜੇ ਪੂਰੀ ਮੀਟਿੰਗ ਦਾ ਚਰਚਾ ਬਣਿਆ ਰਿਹਾ। ਇਹ ਐਂਡਰਾਇਡ ਡਿਵਾਈਸ ਆਪਣੀ ਬਹੁਪੱਖਤਾ ਅਤੇ ਆਕਾਰ ਬਦਲਣ ਦੀਆਂ ਕਾਬਲੀਅਤਾਂ 'ਤੇ ਕਾਫ਼ੀ ਅੱਗੇ ਨਿਕਲ ਚੁੱਕਿਆ ਹੈ, ਕਿਉਂਕਿ ਅੱਗੇ ਵੀ ਤੁਸੀਂ ਫੋਲਡੇਬਲ ਫੋਨ ਦੇਖੇ ਹੋਣਗੇ, ਪਰ ਇਹੋ ਜਿਹਾ ਫੋਲਡੇਬਲ ਫੋਨ ਹਾਲੇ ਤੱਕ ਮਾਰਕੀਟ ਦੇ ਵਿੱਚ ਨਹੀਂ ਆਇਆ ਸੀ। ਕੀ ਹੁਣ ਇਸ ਦੇ ਆਮ ਲੋਕਾਂ ਤੱਕ ਪਹੁੰਚਣ ਕਰਕੇ ਮਾਰਕੀਟ ਦੇ ਵਿੱਚ ਕੋਈ ਨਵਾਂ ਚੜ੍ਹਾਅ ਆਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹਨਾਂ ਚਿਰ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਸਕਰੀਨ 6.9 ਇੰਚ ਦੀ ਹੈ, ਕਾਫ਼ੀ ਪਤਲੀ ਸਕਰੀਨ ਵਾਲਾ ਇਹ ਫੋਲਡੇਬਲ ਡਿਵਾਈਸ ਦੱਸਿਆ ਜਾ ਰਿਹਾ ਹੈ। ਇਸ ਦੇ ਵਿੱਚ ਸਭ ਤੋਂ ਵੱਡੀ ਸੈਲਿੰਗ ਕੁਆਲਿਟੀ ਇਹੀ ਹੈ ਕਿ ਇਹ ਤੁਹਾਡੇ ਸਮਾਰਟਫੋਨ ਤੋਂ ਸਮਾਰਟ ਵਾਚ ਬਣਨ ਦੇ ਵਿੱਚ ਸਿਰਫ 1 ਸੈਕਿੰਡ ਲਗਾਉਂਦਾ ਹੈ। ਤੁਸੀਂ ਇਸ ਨੂੰ ਜਿਮ ਦੇ ਵਿੱਚ ਰਨਿੰਗ ਕਰਨ ਵੇਲੇ ਆਪਣੇ ਗੁੱਟ 'ਤੇ ਲਗਾ ਸਕਦੇ ਹੋ, ਗੁੱਟ 'ਤੇ ਲੱਗੇ ਲੱਗੇ ਹੀ ਘੜੀ ਬਣੇ ਬਣੇ ਹੀ ਆਪਣੇ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ। ਤਾਂ ਹੁਣ ਇੱਕੋ ਡਿਵਾਈਸ ਦੇ ਵਿੱਚ ਤੁਹਾਨੂੰ ਮਿਲੇਗਾ 2 ਸਮਾਰਟ ਫੀਚਰ, ਇੱਕ ਤਾਂ ਫੋਨ ਅਤੇ ਦੂਜੀ ਆਧੁਨਿਕ ਘੜੀ।